दास तेरे की बेनती रिद कर प्रगास, तुमरी कृपा ते पार ब्रह्म दोखन को नास। चरण कमल का आसरा प्रभ पुरख गुणतास, कीर्तन नाम सिमरत रहूं जब लग काट सास। मात पिता बंदप तू हैं, तू सर्व निवास, नानक प्रभ शरणागति जाको निर्मल जास। पंचम पातशाह शहीदां दे सरताज धन धन श्री गुरु अर्जन देव जी दे ए पावन बचन। परमेश्वर पार ब्रह्म दे प्रथाए एक अकीदत पेश करदियां, सोहणे रब दे सुभा दा जिक्र करदियां, पार ब्रह्म परमेश्वर दा निज स्वरूप, गुरु नानक दा रूप, पंचम पातशाह अपनी मुबारक रसना तो जगत जलंदे नूं ठारन लई इन्हां बचना दे राही परमेश्वर दी नेड़ता दा अनुभव करन दी जाच दर्शा रहे ने। गुरसिख प्यारियां नूं वाहिगुरू अकाल पुरख दे चरणां नाल जोड़न दा यतन कर रहे ने। एक दास दी न्याई मालक परमेश्वर दे चरणां विच जोदड़ी करना ते जोदड़ी दी जाच दर्शाउणा, यह है गुरु दा वड्डा परउपकार जो सतगुरां ने समुची खलकत ते कीता। हर एक मनुख नू परमेश्वर दे सन्मुख दोए कर जोड़ अरदास करन दी जाच दर्शाई। दास तेरे की बेनती रिद कर परगास, जे दात भी मंगी जा मंगण दी जाच सिखाई ते उत्तम दात। कोई दुनियावी तन माल नहीं मंगया, दुनियावी ऐशो इशरत सुख आदक नहीं मंगे, सगों हिरदे विच गुरमत दा प्रकाश ते जीवन जाच नू जीवन दी आस, ऐसी दात सतगुरां ने सिख नू मंगण दा चज दर्शाया। सतगुरु बारंबार गुरबाणी दे विच इन्हां बचना दे राही समझाउंदे ने, जिन्हां दुनियावी सुखां नू मनुख ने सब कुछ जान लिया, असल विच इहो सुख एक दिन दुख दा कारण बन जांदे ने। दुनियावी सुख सदीव काल रहण वाले नहीं, इह तां कुछ समय दा सुख है फिर दुख दा कारण बन जांदा। जे सदीव सुख दी प्राप्ति लोड़दे आ ते परमात्मा हरी दे नाम विच जुड़ना करिए। परमेश्वर दे सुचे नाम दे विच दुनिया दे सारे संसारक सुख लुके हुए ने, दरगाही दातां लुकियां हुईयां ने। आओ इस प्रकार जोदड़ी करके निरंकार दी नेड़ता नूं अनुभव करिए। ऐसे आस नाल सच्चे पातशाह ने मिठड़ी बाणी दे राही जगत नूं उपदेश सांझा कीता। कलगीधर पातशाह तों जदों परम सिख भाई नंद लाल जी ने बेनती करके इस सवाल कीता, ओ किहड़े कर्म ने जिन्हां दे कीतियां आप जी दी प्रसन्नता प्राप्त हुंदी है, ते किरपा करके ये भी दसो वो कर्म केड़े ने जिन्हां दे कीतियां आप जी दी खुशी दा पात्र नहीं बन सकते। सच्चे पातशाह जी ने जो बचन उचारे सन नाल ही भाई नंद लाल जी ने कलमबद्ध कर ले,
ਅਤੇ ਇਹ ਸਮੁੱਚੇ ਬਚਨ ਤਨਖਾਹਨਾਮਾ ਦੇ ਰੂਪ ਵਿੱਚ ਪੰਥ ਨੂੰ ਭੇਟਾ ਕੀਤੇ। ਭਾਈ ਨੰਦ ਲਾਲ ਜੀ ਨੂੰ ਸੰਬੋਧਨ ਕਰਕੇ ਜੋ ਬਚਨ ਕਲਗੀਧਰ ਪਾਤਸ਼ਾਹ ਨੇ ਉਚਾਰਨ ਕੀਤੇ, ਅਸਲ ਵਿੱਚ ਉਹ ਸਮੁੱਚੇ ਪੰਥ ਦੇ ਸਾਂਝੇ ਬਚਨ ਜੋ ਗੁਰੂ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ, ਗੁਰੂ ਕੇ ਸਿੱਖ ਭਾਈ ਨੰਦ ਲਾਲ ਜੀ ਨੇ ਅੰਕਿਤ ਕੀਤੇ, ਇਕੱਤਰ ਕੀਤੇ ਅਤੇ ਸਮੁੱਚੇ ਜਗਤ ਵਿੱਚ ਵੰਡ ਦਿੱਤੇ। ਇਹਨਾਂ ਬਚਨਾਂ ਦੀ ਵਿਚਾਰ ਗੁਰੂ ਦੀ ਕਿਰਪਾ ਨਾਲ ਆਪ ਜੀ ਸਰਵਣ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਦਾ ਅਗਲਾ ਬਚਨ, ਖਾਲਸਾ ਸੋਏ ਨਾਮ ਸਿਉਂ ਜੋੜੈ, ਖਾਲਸਾ ਸੋਏ ਬੰਧਨ ਕੋ ਤੋੜੈ। ਲਗਭਗ ਹਰ ਬਚਨ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀਆਂ ਘੱਟੋ ਘੱਟ ਦੋ ਨਿਸ਼ਾਨੀਆਂ ਖਾਲਸੇ ਦੀ ਪਰਿਭਾਸ਼ਾ ਦੇ ਰੂਪ ਦੇ ਵਿੱਚ ਜ਼ਿਕਰ ਕੀਤਾ। ਜਿਵੇਂ ਕਿ ਆਪ ਜੀ ਪਿਛਲੇ ਲੰਮੇਰੇ ਸਮੇਂ ਤੋਂ ਗੁਰਸਿੱਖ ਦੇ ਪ੍ਰਕਰਨ ਦੀ ਵਿਚਾਰ ਗੁਰੂ ਕਿਰਪਾ ਸਦਕਾ ਸਰਵਣ ਪਏ ਕਰਦੇ ਹੋ। ਗੁਰਸਿੱਖ ਲਫਜ਼ ਚਾਰ ਅੱਖਰਾਂ ਨੂੰ ਜੋੜ ਕੇ ਬਣਿਆ। ਸੱਚ ਜਾਣਨਾ ਇਹ ਕੇਵਲ ਚਾਰ ਅੱਖਰ ਨਹੀਂ, ਇੱਕ ਇੱਕ ਅੱਖਰ ਦੇ ਵਿੱਚੋਂ ਗੁਰਸਿੱਖ ਦੀ ਪਰਿਭਾਸ਼ਾ ਪ੍ਰਗਟ ਹੁੰਦੀ ਹੈ, ਸਿੱਖੀ ਦਾ ਸਿਧਾਂਤ ਪ੍ਰਗਟ ਹੁੰਦਾ ਹੈ, ਪੁਰਾਤਨ ਅਤੇ ਨਵੀਨ ਸਿੰਘਾਂ ਦਾ ਜੀਵਨ ਪ੍ਰਗਟ ਹੁੰਦਾ ਹੈ। ਪਿਛਲੇ ਤਿੰਨ ਅੱਖਰਾਂ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। ਆਪ ਜੀ ਦੀ ਗਿਆਤ ਲਈ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਇਹ ਵਿਚਾਰ ਸਰਵਣ ਨਾ ਕੀਤੀ ਹੋਵੇ, ਕੇਵਲ ਬੋਲ ਕੇ ਲੰਘਾਂ, ਗੁਰਸਿੱਖ ਲਫਜ਼ ਚਾਰ ਅੱਖਰਾਂ ਨੂੰ ਜੋੜ ਕੇ ਬਣਿਆ। ਪਹਿਲਾ ਅੱਖਰ ਹੈ ਗੱਗਾ। ਇਹ ਕੇਵਲ ਅੱਖਰ ਨਹੀਂ, ਗੁਰਸਿੱਖ ਦਾ ਸਮੁੱਚਾ ਜੀਵਨ ਹੈ। ਗੱਗੇ ਤੋਂ ਗਹਿਰ ਗੰਭੀਰ, ਗੁਰਸਿੱਖ ਦਾ ਉੱਚਾ ਅਤੇ ਸੁੱਚਾ ਕਿਰਦਾਰ, ਇਸ ਪਾਵਨ ਲਫਜ਼ ਦੀ ਪਰਿਭਾਸ਼ਾ। ਗਹਿਰ ਗੰਭੀਰ ਲਫਜ਼ ਕਿਤੇ ਬਾਹਰੋਂ ਲੱਭ ਕੇ ਨਹੀਂ ਲਿਆਂਦਾ ਗਿਆ, ਸਤਿਗੁਰਾਂ ਦੇ ਸੰਪੂਰਨ ਸਰੂਪ ਦੇ ਵਿੱਚ ਇਹ ਲਫਜ਼ ਗੁਰੂ ਸਾਹਿਬਾਂ ਨੇ ਵਰਤਿਆ। ਸਗੋਂ ਪਰਮੇਸ਼ਵਰ ਦੀ ਸਿਫਤ ਸਲਾਹ ਕਰਦਿਆਂ ਇਸ ਲਫਜ਼ ਨੂੰ ਗੁਰੂ ਸਾਹਿਬ ਨੇ ਰੱਬ ਦੇ ਗੁਣਾਂ ਨਾਲ ਵੀ ਜੋੜਿਆ। ਨਿਤਾ ਪ੍ਰਤੀ ਗੁਰੂ ਕੇ ਸਿੱਖ ਸੋਦਰ ਦਾ ਜਾਪ ਕਰਦੇ ਨੇ ਅਤੇ ਇਹ ਲਫਜ਼ ਬਾਰ ਬਾਰ ਰਿਪੀਟ ਕੀਤਾ ਜਾਂਦਾ, ਪੜ੍ਹਿਆ ਜਾਂਦਾ। ਸਤਿਗੁਰੂ ਫਰਮਾਉਂਦੇ ਨੇ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣਾ ਤੇਰਾ ਕੇਤਾ ਕੇਵਲ ਚੀਰਾ। ਧੰਨ ਗੁਰੂ ਨਾਨਕ ਦੇਵ ਜੀ ਦੇ ਪਾਵਨ ਬਚਨ। ਗਹਿਰ ਗੰਭੀਰ ਇਹ ਸੁਭਾਅ ਰੱਬ ਦਾ ਵੀ ਹੈ ਅਤੇ ਕਲਗੀਧਰ ਪਾਤਸ਼ਾਹ ਨੇ ਇਹੋ ਸੁਭਾਅ ਆਪਣੇ ਸਿੱਖ ਦੇ ਵਿੱਚ ਵੀ ਟਿਕਾਇਆ। ਇਸ ਪਾਵਨ ਲਫਜ਼ ਦੀ ਡੂੰਘੀ ਵਿਚਾਰ ਪਿਛਲੇ ਸਮਿਆਂ ਵਿੱਚ ਆਪ ਜੀ ਸਰਵਣ ਕੀਤੀ ਹੈ। ਗੁਰਸਿੱਖ ਲਫਜ਼ ਦਾ ਦੂਜਾ ਅੱਖਰ ਹੈ ਰਾਰਾ, ਰਾਜ ਜੋਗੀ। ਇਹ ਵੀ ਕੇਵਲ ਲਫਜ਼ ਨਹੀਂ, ਇੱਕ ਡੂੰਘੀ ਸਰੋਤ ਹੈ, ਗੁਰਸਿੱਖ ਦੇ ਜੀਵਨ ਦੀ ਡੂੰਘਾਈ ਹੈ ਜੋ ਹਰ ਇੱਕ ਦੇ ਜੀਵਨ ਵਿੱਚੋਂ ਦ੍ਰਿਸ਼ਟਮਾਨ ਨਹੀਂ ਹੁੰਦੀ। ਸੱਚ ਜਾਣਨਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਰੱਬ ਦਾ ਵੀ ਇਹੋ ਗੁਣ ਹੈ। ਤੂੰ ਗੁਰਪ੍ਰਸਾਦ ਕਰ ਰਾਜ ਯੋਗ, ਕਟੀਏ ਤੇਰਾ ਅਹੰਗ ਰੋਗ। ਦਸ ਪਾਤਸ਼ਾਹੀਆਂ ਦੇ ਪਾਵਨ ਜੀਵਨ ਵਿੱਚੋਂ ਵੀ ਗਹਿਰ ਗੰਭੀਰ ਅਤੇ ਰਾਜ ਯੋਗ ਦੇ ਗੁਣ ਦ੍ਰਿਸ਼ਟੀ ਆਉਂਦੇ ਨੇ।
छेवें पातशाह ने जो मीरी पीरी दियां दो तलवारां धारण कीतियां सन, ये राज योग दी प्रतख ते प्रगट निशानी है। गुरु का सिख राजा होवे नाल जोगी होवे। खत्री ब्राह्मण सूद वैस उपदेश चों वरना को सांझा। गुरसिख दे जीवन विचों खत्री दे गुण भी प्रगट होण, ब्राह्मण दी न्याई गुरमंत्र मूल मंत्र बाणी दे जाप करन वाला भी होवे, सूदर ते वैश दा गुण भी गुरु साहब ने सिख दे विचों प्रगट कीता। तन कलगीधर पातशाह जो आप राजा भी ने जोगी भी ने, दानिया विचों वड्डे दानी कलगीधर पातशाह, तपियां विचों वड्डे तपी धन गुरु गोबिंद सिंह जी, लिखारियां विचों उच्चे लिखारी मेरे बाजां वाले प्रीतम, कवियां विचों सुचजे कवि अमृत के दाते, जोधियां विचों महाबली जोधे हेमकुंड वासी धन गुरु गोबिंद सिंह जी, अमृत के दाते दीन के दयाल मधो साहिबे कमाल धन गुरु गोबिंद सिंह जी। राजा भी ने जोगी भी ने ते गैर गंभीर भी ने। गुरसिख दा तीजा अखर ससा, समर्पण दी भावना बड़ी उच्ची अवस्था है। तन मन धन सब सौंप गुर को हुक्म मन्या पाईए, परमेश्वर दे चरणा विच विख जाना, रब दा गुलाम हो जाना। कहो कबीर गुलाम घर का जी आए भावें मार, पूर्ण तौर ते समर्पित हो जाना। आप गवाईए तां शव पाईए, आपा भाव विसार के हउमें अहंकार नूं तज के, चतुराई सियाणपां तों बाहर निकल के रब दी भगती करनी, गुरु समरथ दे दर्शाए होए मार्ग ते कदम पुटना। ये विचारां भी पिछले लमेरे समय तों आप जी ने सरवण कीतियां। गुरसिख दा चौथा अखर जिस दी विचार आप जी सरवण कर रहे हो, खखा, खंडे दी धार ते तुरन वाला। पहले जामे विच आदि गुरु धन श्री गुरु नानक देव जी ने बचन कीता सी, जो तो प्रेम खेलन का चाओ सिर तरतली गली मेरी आओ, इत मार्ग पैर तरीजै सिर दीजै काण ना कीजै। गुरु साहब ने जगत नूं हौका बख्शिया सी, पहला मरण कबूल जीवन की छड़ आस, हो सबन की रेणका तौ आओ हमारे पास। जे सिखी दे मार्ग ते तुरना है खंडे दी धार ते कदम पुटना पएगा। तीजे पातशाह ने बचन कीता सी, ये मार्ग कैसा है, खन्यों तिखी वालों निक्की एत मार्ग जाना। गुरप्रसादी जिनी आप तजिया हर वासना समाणी, कह नानक चाल भगता जुगों जुग निराली। इसे खंडे दी धार ते तुरदियां सिखां ने गुरु पातशाह दे दर घर दियां खुशियां प्राप्त कीतियां, ते इन्हां खुशियां दे विचों
ਤੁਰ ਦਰਗਾਹ ਦੀ ਸੰਗਤ ਮਿਲੀ। ਸੱਚੇ ਪਾਤਸ਼ਾਹ ਨੇ ਸਿੱਖ ਨੂੰ ਖੰਡੇ ਦੀ ਧਾਰ 'ਤੇ ਤੁਰਨ ਦੀ ਜਾਚ ਦਰਸਾਈ। ਮੇਰੇ ਕਲਗੀਧਰ ਪਾਤਸ਼ਾਹ ਖਾਲਸੇ ਦੀ ਇੱਕ ਬਹੁਤ ਵੱਡੀ ਅਤੇ ਬਾ ਕਮਾਲ ਨਿਸ਼ਾਨੀ ਪ੍ਰਗਟ ਕਰਦੇ ਨੇ। ਖਾਲਸਾ ਸੋਏ ਨਾਮ ਸਿਉਂ ਜੋੜੈ, ਖਾਲਸਾ ਸੋਏ ਬੰਧਨ ਕੋ ਤੋੜੈ। ਨਾਮ ਹੀ ਸਾਡਾ ਜੀਵਨ ਹੈ ਅਤੇ ਨਾਮ ਹੀ ਭਗਤ ਪਿਆਰਿਆਂ ਦਾ ਭੋਜਨ ਹੈ। ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਈਏ ਹਮਕੋ ਤ੍ਰਿਪਤ ਪਈ। ਦੁਨਿਆਵੀ ਪਦਾਰਥ ਛਕਦੇ ਹਾਂ, ਕੇਵਲ ਜਿਹਬਾ ਦੇ ਸਵਾਦ ਵਿੱਚ ਖੱਚਤ ਹੋਏ। ਪਸ਼ੂ ਢੋਰ ਦੀ ਨਿਆਈ, ਕੇਵਲ ਢਿੱਡ ਭਰਨ ਦਾ ਯਤਨ ਕਰਦੇ ਹਾਂ। ਕਈ ਪ੍ਰਕਾਰ ਦੇ ਸਵਾਦਲੇ ਪਦਾਰਥ ਛੱਕ ਕੇ ਵੀ ਇਹ ਸਰੀਰ ਕਦੇ ਤ੍ਰਿਪਤ ਨਹੀਂ ਹੁੰਦਾ ਅਤੇ ਤ੍ਰਿਪਤ ਹੋਣ ਲਈ ਸਤਿਗੁਰਾਂ ਨੇ ਜਿਹੜੇ ਭੋਜਨ ਦੀ ਦਾਤ ਬਖਸ਼ਿਸ਼ ਕੀਤੀ, ਮਨੁੱਖਤਾ ਦੂਰ ਹੁੰਦੀ ਜਾ ਰਹੀ ਹੈ। ਤ੍ਰਿਪਤ ਪਈ, ਸੱਚ ਭੋਜਨ ਖਾਇਆ। ਸੱਚ ਹੈ ਨਾਮ, ਸੱਚ ਹੈ ਪਰਮੇਸ਼ਵਰ ਦੀ ਹੋਂਦ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਾਮ ਜਪਦਿਆਂ, ਬਾਣੀ ਪੜ੍ਹਦਿਆਂ, ਵਿਚਾਰ ਨੂੰ ਹਿਰਦੇ ਵਿੱਚ ਧਾਰਨ ਕਰਦਿਆਂ ਜੀਵਨ ਜੀਵਿਆ, ਖੁਦਾ ਨੂੰ ਪ੍ਰਾਪਤ ਹੋ ਗਏ। ਜਿਨ੍ਹਾਂ ਨੇ ਨਾਮ ਰੂਪੀ ਭੋਜਨ ਦਾ ਆਹਾਰ ਗ੍ਰਹਿਣ ਕੀਤਾ, ਇਸ ਭੋਜਨ ਦਾ ਆਨੰਦ ਮਾਣਿਆ, ਬਾਬਾ ਜੀ ਫਰਮਾਉਂਦੇ ਨੇ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ, ਭੁੱਖ, ਇਹ ਅਗਨੀ ਸਦਾ ਲਈ ਸ਼ਾਂਤ ਹੋ ਗਈ। ਤ੍ਰਿਪਤ ਪਈ, ਸੱਚ ਭੋਜਨ ਖਾਇਆ। ਖਾਲਸਾ ਸੋ ਨਾਮ ਸਿਉਂ ਜੋੜੈ, ਸੱਚ ਭੋਜਨ। ਹਰ ਨਾਮ ਹਮਾਰਾ ਭੋਜਨ, 36 ਪ੍ਰਕਾਰ ਜਿਤ ਖਾਈਏ ਹਮਕੋ ਤ੍ਰਿਪਤ ਪਈ। ਹਰ ਨਾਮ ਹਮਾਰਾ ਪਹਿਨਣ, ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਪਰਮੇਸ਼ਵਰ ਦਾ ਨਾਮ ਹੀ ਜੀਵ ਦੇ ਪੜਦੇ ਕਜਦਾ ਹੈ, ਜੀਵ ਨੂੰ ਭਗਤੀ ਦਾ ਮਾਰਗ ਦਰਸਾਉਂਦਾ ਹੈ। ਅਰਦਾਸ ਕਰੀਏ, ਸਤਿਗੁਰੂ ਅਸੰਖ ਔਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਏ। ਹਰ ਕਦਮ 'ਤੇ ਖਤਾ ਕਰਦੇ ਹਾਂ, ਗਲਤੀ ਕਰਦੇ ਹਾਂ। ਸੱਚੇ ਪਾਤਸ਼ਾਹ ਤੁਸੀਂ ਬਖਸ਼ਣ ਦਿਓ, ਕਿਰਪਾ ਦੇ ਦਇਆ ਦੇ ਖਾਤੇ ਵਿੱਚੋਂ ਮੁਝ ਗਰੀਬ ਨੂੰ ਤਰਸ ਕਰਕੇ ਆਪਣੇ ਚਰਨਾਂ ਨਾਲ ਲਾ ਲਓ। ਮੋਹੇ ਗਰੀਬ ਕੋ ਲਿਹੋ ਰਲਾਏ, ਨਾਨਕ ਆਏ ਪਿਆ ਸਰਣ ਆਏ। ਕਦੇ ਗਰੀਬ ਬਣ ਕੇ ਜਾਚਨਾ ਕਰਨ ਦਾ ਚੱਜ 'ਤੇ ਆਵੇ। ਗਰੀਬੀ ਗਧਾ ਹਮਾਰੀ, ਖੰਨਾ ਸਗਲ ਰੇਣ ਛਾਰੀ, ਇਹ ਤਾਂ ਗੁਰਸਿੱਖ ਦੇ ਜੀਵਨ ਦਾ, ਪ੍ਰਾਣਾਂ ਦਾ ਆਧਾਰ ਹੈ, ਗੁਰਮਤ ਦੀ ਨਿਮਰਤਾ। ਇਸ ਨਿਮਰਤਾ ਦੇ ਸਦਕੇ ਜੀਵਨ ਵਿੱਚ ਕੇਵਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਦੁੱਖ ਅਤੇ ਕਲੇਸ਼ ਕੱਟੇ ਜਾਂਦੇ ਨੇ। ਕੱਲ ਕਲੇਸ਼ ਭੈ ਭਰਮ ਦੁੱਖ ਲਾਥਾ, ਕਹੋ ਨਾਨਕ ਮੇਰਾ ਗੁਰ ਸਮਰੱਥਾ। ਸਮਰੱਥ ਜੋ ਹੋਇਆ, ਜਿਹਦੀ ਬਾਂਹ ਫੜ ਲਵੇ, ਜੀਵਨ ਵਿੱਚੋਂ ਦੁੱਖਾਂ ਦਾ ਨਾਸ ਹੋ ਜਾਂਦਾ। ਸਤਿਗੁਰੂ ਬਖਸ਼ਿਸ਼ ਕਰਕੇ ਗੁਰਸਿੱਖਾਂ ਨੂੰ ਗੁਰਮਤ ਦੇ ਉਪਦੇਸ਼ ਦੁਆਰਾ ਨਿਹਾਲ ਕਰਦੇ ਨੇ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਤਿਗੁਰ
ਕਾਰ ਕੁੰਨੀ ਦੇਈ। ਕੈਸੇ ਭਾਗ ਨੇ ਗੁਰੂ ਕੇ ਸਿੱਖ ਦੇ ਜਿਨ੍ਹਾਂ 'ਤੇ ਸਮਰੱਥ ਦੀ ਪ੍ਰਤੱਖ ਖੁਸ਼ੀ ਹੈ, ਪ੍ਰਸੰਨਤਾ ਹੈ। ਇਸੇ ਪ੍ਰਸੰਨਤਾ ਵਿੱਚੋਂ ਕਿਰਪਾ ਪ੍ਰਗਟ ਹੁੰਦੀ ਹੈ। ਸਤਿਗੁਰੂ ਬਖਸ਼ਿਸ਼ ਕਰਕੇ ਆਪਣੇ ਸਿੱਖ ਦੇ ਬੰਧਨ ਕੱਟਦੇ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰ ਕਾ ਸਿੱਖ ਵਿਕਾਰ 'ਤੇ ਹਟੇ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹੇ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿ ਆਵੈ। ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮੱਤ ਲੇ। ਕੈਸੇ ਬਾ ਕਮਾਲ ਬਚਨ ਤਰਤੀਬ ਵਾਰ ਮੇਰੇ ਪੰਚਮ ਪਾਤਸ਼ਾਹ ਨੇ ਬਖਸ਼ਿਸ਼ ਕੀਤੇ। ਇਹ ਇੱਕ ਇੱਕ ਲਫਜ਼ ਨਹੀਂ, ਪੰਕਤੀ ਨਹੀਂ, ਸਗੋਂ ਇੱਕ ਇੱਕ ਕਦਮ ਪੁੱਟ ਕੇ ਜੀਵਨ ਜਾਚ ਨੂੰ ਦਰਸਾਉਂਦੀ ਹੋਈ ਇੱਕ ਉਦਾਹਰਣ ਹੈ, ਜੋ ਸਤਿਗੁਰਾਂ ਨੇ ਬਾਣੀ ਰੂਪ ਦੇ ਵਿੱਚ ਸਾਡੇ ਜੀਵਨ ਵਿੱਚ ਪ੍ਰਗਟ ਕੀਤੀ। ਸੱਚੇ ਪਾਤਸ਼ਾਹ ਸਦਾ ਭਗਤ ਪਿਆਰਿਆਂ ਦੀ ਜੈਕਾਰ ਚਾਹੁੰਦੇ ਨੇ। ਜੈਕਾਰ ਕੀ ਉਹ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਏ। ਜਿਹੜੇ ਧਰਮੀ ਪੁਰਖ ਨੇ ਮਾਲਕ ਦੀ ਦਰਸਾਈ ਹੋਈ ਮਤ ਅਨੁਸਾਰ ਜਿਉਂਦੇ ਨੇ, ਸੱਚੇ ਪਾਤਸ਼ਾਹ ਜੀ ਨੇ ਜਿੱਥੇ ਉਹਨਾਂ ਨੂੰ ਆਪਣੇ ਚਰਨਾਂ ਦਾ ਭੌਰਾ ਬਣਾ ਕੇ ਜੀਵਨ ਦੀ ਸੇਧ ਬਖਸ਼ੀ, ਉੱਥੇ ਨਾਲ ਹੀ ਮਨਮੁਖਾਂ ਨੂੰ ਵੀ ਗਲਵੱਕੜੀ ਦੇ ਵਿੱਚ ਲੈਣ ਦੇ ਕਈ ਮੌਕੇ ਬਖਸ਼ੇ। ਅਤੇ ਇਤਿਹਾਸ ਗਵਾਹ ਹੈ, ਕਈ ਮਨੁੱਖ ਇਸ ਮੌਕੇ ਮਨਮਤ ਦੀ ਬੇੜੀ ਦੇ ਜੋ ਸਵਾਰ ਸਨ, ਉਹ ਸੱਚ ਦੀ ਬੇੜੀ ਦੇ ਸ਼ਾਹ ਸਵਾਰ ਹੋ ਗਏ, ਜਿਸ ਦੀ ਕਮਾਨ ਕੇਵਲ ਸਮਰੱਥ ਗੁਰੂ ਦੇ ਪਾਸ ਹੈ। ਸਤਿਗੁਰੂ ਬਖਸ਼ਿਸ਼ ਕਰਕੇ ਆਪਣੇ ਸਿੱਖ ਨੂੰ ਹਰ ਨਾਮ ਦੇ ਵਪਾਰ ਕਰਨ ਦੀ ਜਾਚ ਦਰਸਾਉਂਦੇ ਨੇ। ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਵਾਹ ਮੇਰੇ ਸਾਹਿਬਾ, ਐਸੇ ਬਖਸ਼ਣ ਅਤੇ ਦਿਆਲ ਕਿਰਪਾਲਤਾ ਦੇ ਸਾਗਰ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਬਾ ਕਮਾਲ ਲਫਜ਼ਾਂ ਦੇ ਵਿੱਚ ਮਨੁੱਖਤਾ ਦੀ ਜੀਵਨ ਜਾਚ ਨੂੰ ਦਰਸਾਇਆ ਅਤੇ ਸੱਚ ਨਾਲ ਜੋੜਿਆ। ਹਰ ਨਾਮੇ ਕਾ ਹਮ ਲੇਖਾ ਲਿਖਿਆ, ਸਭ ਜਮ ਕੀ ਅਗਲੀ ਕਾਣ ਗਈ। ਹੁਣ ਜਮਦੂਤਾਂ ਦਾ ਕੋਈ ਭੈ ਨਹੀਂ, ਹੁਣ ਮੌਤ ਤੋਂ ਵੀ ਡਰ ਨਹੀਂ ਲੱਗਦਾ, ਕਿਉਂਕਿ ਗੁਰੂ ਨੇ ਹਿਰਦੇ ਵਿੱਚ ਸੱਚ ਟਿਕਾ ਦਿੱਤਾ। ਅਤੇ ਸੱਚ ਜਦੋਂ ਪ੍ਰਕਾਸ਼ਮਾਨ ਹੁੰਦਾ, ਅਗਿਆਨਤਾ ਦੇ ਹਨੇਰੇ ਨੂੰ ਭਾਜਣਾ ਪੈ ਜਾਂਦੀਆਂ ਨੇ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਐਸੇ ਬਖਸ਼ਿਸ਼ਾਂ ਦੇ ਸਾਗਰ, ਰਹਿਮ 'ਤੇ ਹਰ ਗੰਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ, ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ, ਹਿਰਦੇ ਵਿੱਚ ਨਾਮ ਦੀਆਂ ਬਰਕਤਾਂ ਨੂੰ ਟਿਕਾ ਕੇ ਗੁਰਮਤਿ ਦੇ ਆਸ਼ੇ ਅਨੁਸਾਰ, ਨਿਮਰਤਾ ਅਨੁਸਾਰ ਜੀਵਨ ਨੂੰ ਜੀਵਿਆ, ਤੁਰ ਦਰਗਾਹ ਦੇ ਨਾਲ ਐਸੇ ਗੁਰਮੁਖਾਂ ਦੀ ਸਾਂਝ ਪੈ ਜਾਂਦੀ।
ਸੋ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਉਂਦੇ ਨੇ, ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ, ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ।